ਉਹਨਾਂ ਤੋਂ ਇਲਾਵਾ ਹਜ਼ਰਤ ਖਦੀਜਾ ਚ ਜਿਤਨੀ ਔਲਾਦ ਸੀ ਸਾਰੀ ਹਜ਼ਰਤ ਖਦੀਜਾ ਰਜ਼ੀ ਅੱਲਾਹੁ ਉਹਨਾਂ ਚ, ਯਾਨੀ ਹਜ਼ਰਤ ਖਦੀਜਾ ਦੇ ਵਿੱਚੋਂ ਜਿਹੜੇ ਆਪ ਦੇ ਬੇਟੇ ਔਰ ਬੇਟੀਆਂ ਸਨ, ਤਯਬ ਤਾਹਿਰ, ਔਰ ਫਿਰ ਹਜ਼ਰਤ ਜ਼ੈਨਬ ਰਜ਼ੀ ਅੱਲਾਹੁ ਤਾਲਾ ਅਨਹਾ, ਹਜ਼ਰਤ ਰੁਕਈਆ ਉਮੇ ਕੁਲਸੂਮ ਔਰ ਹਜ਼ਰਤ ਫਾਤਮਾ ਅਲੈਹਿਮ ਸਲਾਮ, ਇਹ ਹਜ਼ਰਤ ਖਦੀਜਾ ਰਜ਼ੀ ਅੱਲਾਹੁ ਤਾਲਾ ਅਨਹਾ ਦੀ ਔਲਾਦ ਵਿੱਚੋਂ ਸੀ। ਤੋ ਸਾਮੀਨੇ ਸਿਫਾਕਾਰ, ਆਪ ਦੇ ਬੇਟੇ ਜਿਹੜੇ ਇਹਨਾਂ ਦੀ ਔਲਾਦ ਵਿੱਚੋਂ ਸਨ, ਉਹ ਪਹਿਲੇ ਹੀ ਫੋਤ ਹੋ ਗਏ ਸਨ, ਦੁਨੀਆਂ ਤੋਂ ਪਰਦਾ ਕਰ ਗਏ, ਔਰ ਬੇਟੀਆਂ ਇਸਲਾਮ ਤੱਕ ਜ਼ਿੰਦਾ ਰਹੀਆਂ, ਇਸਲਾਮ ਵੀ ਕਬੂਲ ਕੀਤਾ ਹੈ, ਔਰ ਬੇਟੀਆਂ ਨੇ, ਇੱਕ ਬੇਟੀ ਨੇ ਸ਼ਹਾਦਤ ਵੀ, ਇੱਕ ਬੇਟੀ ਦੇ ਹਿੱਸੇ ਵਿੱਚ ਸ਼ਹਾਦਤ ਵੀ ਆਈ। ਤੋ ਸਾਮੀਨ ਜ਼ਿਵਾਕਾਰ, ਇਸ ਤਰ੍ਹਾਂ ਤੋ ਮੇਰੇ ਆਕਾ ਅਲੈਹਿ ਸਲਾਤੁ ਸਲਾਮ ਦੇ ਸ਼ਾਨ ਅਦਾਲਤ ਵੇਖੋ, ਸ਼ਾਦੀ ਹੋ ਗਈ, ਅਕਦ ਹੋ ਗਿਆ, ਸਭ ਕੁਛ ਹੋ ਗਿਆ, ਇੱਕ ਦਿਨ ਐਸਾ ਆਇਆ ਕਿ ਕਾਬੇ ਵਾਲਾ ਨੇ ਆਪਸ ਵਿੱਚ ਮਸ਼ਵਰਾ ਕੀਤਾ ਕਿ ਕਾਬਾਤੁੱਲਾ ਨੂੰ ਨਵਾਂ ਕੀਤਾ ਜਾਏ, ਔਰ ਸ਼ਰਤ ਇਹ ਲੱਗ ਗਈ ਕਿ ਇਸ ਨੂੰ, ਇਸ ਦੀ ਨਈ ਤਾਮੀਰ ਵਾਸਤੇ ਦੌਲਤ ਉਹ ਲੈ ਕੇ ਆਵਾਂਗੇ ਜਿਹੜੀ ਹੱਕ ਹਲਾਲ ਦੀ ਹੋਵੇ, ਖੁਦਾ ਦੇ ਘਰ ਨੂੰ ਉਸ ਦੌਲਤ ਦੇ ਨਾਲ ਤਾਮੀਰ ਕਰਾਂਗੇ ਜਿਹੜੀ ਦੌਲਤ ਹੱਕ ਹਲਾਲ ਦੀ ਹੋਵੇਗੀ। ਤੋ ਫਿਰ ਹੋਇਆ ਕਿਆ, ਲੋਕਾਂ ਨੇ ਹੱਕ ਹਲਾਲ ਦੀ ਦੌਲਤ, ਜਿਸ ਦੇ ਅੰਦਰ ਨਾ ਕੋਈ ਸੂਦ ਦਾ ਮਾਲ, ਨਾ ਕੋਈ ਜੂਏ ਦਾ ਮਾਲ, ਕਿਸੇ ਕਿਸਮ ਦਾ ਹਰਾਮ ਮਾਲ ਨਾ ਰਲਿਆ ਹੋਇਆ ਹੋਵੇ, ਔਰ ਫਿਰ ਤਾਮੀਰ ਜਿਸ ਵਕਤ ਹੋਈ, ਤਾਮੀਰ ਵਾਸਤੇ ਉਹਨਾਂ ਨੇ ਹਿੱਸੇ ਤਕਸੀਮ ਕੀਤੇ ਨੇ, ਆਪਣੇ ਆਪਣੇ ਹਿੱਸੇ ਤਕਸੀਮ ਕੀਤੇ ਨੇ। ਹੁਣ ਕੁਰੈਸ਼ ਨੇ ਕਾਬੇ ਦੇ ਹਿੱਸੇ ਕੀਤੇ ਦਰਵਾਜ਼ਾ ਬਣਾਉਣ ਵਾਸਤੇ, ਬਨੀ ਅਬਦੁਲ ਮਨਾਫ ਔਰ ਬਨੀ ਜ਼ਹਰਾ ਇਹ ਦੋ ਕਬੀਲੇ, ਬਈ ਦਰਵਾਜ਼ਾ ਤੁਸੀਂ ਬਣਾਉਣ, ਹਰ ਹਰ ਕਬੀਲੇ ਨੇ ਆਪਣਾ ਆਪਣਾ ਹਿੱਸਾ ਲਿਆ, ਇਹ ਦੀਵਾਰ ਮੈਂ ਬਣਾਵਾਂਗਾ, ਇਹ ਚੀਜ਼ ਮੈਂ ਬਣਾਵਾਂਗਾ, ਇਹ ਮੈਂ ਬਣਾਵਾਂਗਾ। ਜਿਸ ਵਕਤ ਪੁਰਾਣੀ ਇਮਾਰਤ ਨੂੰ ਤੋੜਨ ਦੀ ਵਾਰੀ ਆਈ, ਕੋਈ ਡਰ ਕੇ ਨੇੜੇ ਹੀ ਨਾ ਲੱਗੇ, ਡਰ ਤੋਂ ਕੋਈ ਨੇੜੇ ਹੀ ਨਾ ਜਾਏ ਕਿ ਸ਼ਾਇਦ ਅਸੀਂ ਤੋੜੀਏ, ਸਾਡੇ ਉੱਤੇ ਅਜ਼ਾਬ ਨਾਜ਼ਿਲ ਨਾ ਹੋ ਜਾਏ। ਤੋ ਵਲੀਦ ਬਿਨ ਮੁਗੀਰਾ ਨੇ ਕਹਿੰਦਾ ਹੈ ਕਿ ਪਹਿਲ ਮੈਂ ਕਰਦਾ, ਔਰ ਜਿਸ ਵਕਤ ਜਾ ਕੇ ਡਾਉਣ ਲੱਗਾ, ਅੱਲਾਹ ਤਾਲਾ ਦੀ ਬਾਰਗਾਹ ਕੀ ਅਰਜ਼ ਕਰਦਾ, ਅੱਲਾਹੁਮਾ ਲਮ ਤਰਾ, ਕਿ ਯਾ ਅੱਲਾਹ ਤੂੰ ਮਿਹਰਬਾਨੀ ਫਰਮਾ, ਡਰਾ ਨਹੀਂ, ਤੈਨੂੰ ਕੋਈ ਖੌਫ ਨਹੀਂ। ਬਾਜ਼ ਨੇ ਕਿਹਾ ਹੈ ਕਿ ਹਜ਼ਰਤ ਮੁਗੀਰਾ ਨੇ ਇਹ ਅਰਜ਼ ਕੀਤੀ, ਲਮ ਨਜ਼ਗਾ, ਕਿ ਯਾਨੀ ਸਾਡੀ ਨੀਅਤ ਟੇੜੀ ਨਹੀਂ, ਮੌਲਾ ਨੀਅਤ ਸਿੱਧੀ ਹੈ, ਅਸਾਂ ਚਾਹੁੰਦੇ ਹਾਂ ਕਿ ਤੇਰੇ ਘਰ ਨੂੰ ਬੜਾ ਸੋਹਣਾ ਬਣਾਇਆ ਜਾਏ, ਤੇਰੇ ਘਰ ਨੂੰ ਸੋਹਣਾ ਸਜਾ ਲਵਾਂ। ਤੋ ਸਾਮੀ ਨੇ ਜ਼ਿਬਾਕਾਰ, ਜਿਸ ਵਕਤ ਉਸਨੇ ਕਦਾਲ ਮਾਰੀ ਕਾਬੇ ਦੀ ਦੀਵਾਰ ਨਾਲ, ਕਦਾਲ ਗੈਂਟੀ ਮਾਰਦਾ ਹੈ, ਦੀਵਾਰ ਜਿਹੜੀ ਟੁੱਟਦੀ ਹੈ ਨਾ, ਫਿਰ ਉਹ ਜੁੜ ਜਾਂਦੀ ਹੈ। ਉਸ ਵਕਤ ਉਹ ਕਹਿੰਦਾ ਹੈ ਕਿ ਜਿਨ੍ਹਾਂ ਦੇ ਕੋਲ ਕੋਈ ਹਰਾਮ ਦੀ ਦੌਲਤ ਹੈ, ਉਹ ਇਹ ਨੀਅਤ ਨਾ ਕਰੋ ਕਿ ਖਾਨਾ ਕਾਬੇ ਚ ਲਗਾਵਾਂਗੇ, ਹਲਾਲ ਦੀ ਦੌਲਤ ਖਾਨੇ ਕਾਬੇ ਚ ਲਾਵਾਂਗੇ, ਬੈਤੁੱਲਾ ਤਾਮੀਰ ਹੋਵੇਗਾ। ਤੋ ਜਿਸ ਵਕਤ ਉਹਨਾਂ ਇਹ ਗੱਲ ਕੀਤੀ, ਹਰ ਬੰਦੇ ਨੇ ਵਾਅਦਾ ਦਿੱਤਾ ਕਿ ਅਸੀਂ ਹਲਾਲ ਦੀ ਦੌਲਤ ਲੈ ਕੇ ਆਵਾਂਗੇ, ਫਿਰ ਉਸਨੇ ਕਦਾਲ ਮਾਰੀ, ਫਿਰ ਦੀਵਾਰ ਤੋ ਸਾਮੀ ਨੇ ਜ਼ਿਵਾਕਾਰ, ਇਸੇ ਤਰ੍ਹਾਂ ਖਾਨਾ ਕਾਬਾ ਦੀ ਤਾਮੀਰ ਹੋਈ। ਔਰ ਇਸ ਦੇ ਅੰਦਰ ਮੈਂ ਜਿਸ ਚੀਜ਼ ਨੂੰ ਦੱਸਣਾ ਚਾਹੁੰਦਾ ਸੀ ਕਿ ਮੇਰੇ ਆਕਾ ਅਲੈਹਿ ਸਲਾਤੁ ਸਲਾਮ ਦਾ ਕਿਰਦਾਰ ਕੀ ਹੈ, ਇਨਸ਼ਾ ਅੱਲਾਹ ਅਗਲੇ ਜੁਮੇ ਮੈਂ ਦੱਸਾਂਗਾ।